हेलो जी, सारयां नूं जी मेरे वल्लों हाथ जोड़ के प्यार भरी सति श्री अकाल। कौर संधू ब्लॉग ते तुहाडा बहुत बहुत स्वागत है जी। उम्मीद करदे आं तुसीं ठीक ठाक हो, असीं भी ठीक ठाक हाँ जी। लो जी, आपां जिहड़ा हैगा हाथां दा रोटी टुक बना रहे हां चुल्हे ते, विहड़े 'च बैठे सीगे। मम्मी तैयारी करवाउंदे ने नाल सब्जी दी, मैं आटा गुंनदी आं इत्थे। ਅੱਜ ਮੇਲੇ ਤੇ ਗਏ ਨੇ ਕਰਨ, ਪਹਿਲਾਂ ਉਹਦੇ ਦਾਦੇ ਨੂੰ ਲੈ ਕੇ ਗਏ। ਉੱਥੋਂ ਕਹਿੰਦਾ ਆਪਾਂ ਵੈਸੇ ਨੂੰ ਲੈ ਕੇ ਲਾਂਗੇ, ਕਹਿੰਦਾ ਠੀਕ ਹੈ। ਚਲੋ ਉੱਥੋਂ ਫਿਰ ਉਹਨੂੰ ਜਾਤਾ ਨੂੰ ਲੈ ਕੇ ਤਿੰਨੇ ਨਾਲ ਮਾਸਲ ਵੀ ਮੇਲੇ ਦੇਖਣ ਦਾ ਸ਼ੌਂਕ ਹੀ ਹੈ। ਹਾਂ ਹੋਰ ਚੱਲ ਫਿਰ ਵਧੀਆ ਟਾਈਮ ਤੇ ਆ ਗਿਆ ਘਰ ਕਿਤਾ ਗਿਆ, ਉੱਥੇ ਜਾ ਕੇ ਫੋਨ ਕਰ। ਤੁਸੀਂ ਬਾਹਰ ਤਾਂ ਪਹਿਲਾਂ ਜਾਣ ਵਾਲਾ ਕਦੇ, ਪਰ ਮੈਂ ਤਾਂ ਕਦੇ ਨਹੀਂ ਗਈ ਹੈਗੀ। ਮੈਂ ਅੱਜ ਬਿੰਦਰ ਤਿਆਰ ਜੀ ਟੌਲੀ ਚੱਕੀ ਫਿਰਦਾ ਜੀ। ਬਿੰਦਰ ਜਿੱਦਾਂ ਉਹ ਨਹੀਂ ਜਾਂਦਾ ਹੁੰਦਾ, ਫਿਰ ਵਗ ਜਾਂਦਾ ਜੀ। हाँ मैं चीर ले जी करेले इन्ने की ने, क्योंकि बस खेतों ही तोड़े सीगे। उधर मम्मी प्याज चीर दे, फिर चलो हूँ जोगरी बन जूगी। पहला मैं मैं आटा गुन ला, ये तो सब्जी तो पिंड की बन जानी है। देखो मेरा चूल्हा चेक, मैं चूल्हा ओटा वोटा ढाता सारा, कोई चूल्हा धरिया हुआ है। हाथ ने जो वधिया लगता शाम को, जोड़ा है मौसम ठंडा होंगे, फिर मैं चूल्हे पर ही अग जाल लें। वैसे तो गैस गोबर गैस जोड़ा है बहुत ज़्यादा चलता है। फिर चलो दुध का धोखे गर्म कर लेंगे उरे, वैसे वधिया लगता चुल्हे ते रोटी टुक बना है ना। चुल्हे की रोटी नूं बहुत ज़्यादा पसंद करते हैं साढ़े, सानूं वधिया लगती है चुल्हे की रोटी। ओटा तो बड़ा वधिया लगता, ओटा तो हाँ उधर वीर जी संदीप वीर जी कह के गया अपनी रसोई थी करके बनाया, थोड़े रसोई वगैरह तो चक देनी उधर वग जाएंगे। अपा चलो हजे जिन्ना क जरूरी रखा हो रख लांगे। अपा कई बार मैं सीख मचा के देखी है, जे मैं ऊई मचा दिनी है ना अग चलती नहीं, जे मैं सतनाम वाहेगुरु कह के मचाव फिर चलती है। ये मेरे धो के रखे चीरे हुए ने जी, पहले ही धो के सुखा के। प्याज तो जिहड़े हैगे आपां बाद चों पावांगे, पहलां थोड़े जिहे इन्हां नूं भुन्नांगे। थोड़ा जिहा पानी है उह सुक जाण दो, फिर आपां पावांगे तेल। इन्नी जल्दी चुल्हे ते रोटी सब्जी इन्नी जल्दी बनती है, गैस ते जिहड़ा हैगा मल्लो मल्ली टाइम लग जांदा। पता नहीं क्यों मैनूं औखा लगदा बहुत ज़्यादा गैस ते काम करना, चुल्हे ते सौखा सौखा लगदा। चलो सवेरे जिहड़ा हैगा भज दौड़ दा काम हुंदा जल्दी जल्दी च, क्योंकि दुकान ते भी काम करना हुंदा, दुकान खोलनी हुंदी है टाइम नाल। शाम नूं जिहड़ा हैगा मैं बस इत्थे बना लैंदी हां, टाइम नाल ही जिहड़ी हैगी बंद कर दें। बाकी हूँ मिस्त्री लग्या है जी, हूँ दुकान घट ही खोलते हैं, तो उधर मूहरे भी कम चलता है दुकान दे। देखो सारे कल मेला शायद घोलूआ पागे,
ਚਿੱਟਾ ਵਗੈਰਾ ਚਿੰਤੀਆਂ ਥੋੜ੍ਹੀਆਂ ਜਿਹੀਆਂ ਰਹਿੰਦੀਆਂ ਨੇ, ਸਾਰੇ ਵਿਹੜੇ ਦੇ ਵਿੱਚ ਚਿੱਟਾ ਚਿੜੀਆਂ ਗਈਆਂ। ਅਤੇ ਫਿਰ ਚਲੋ ਉੱਧਰ ਕੰਮ ਸਟਾਰਟ ਹੋ ਜੂ, ਇੱਕ ਵਾਰੀ ਵਿਹੜੇ ਦਾ ਕੰਮ ਨਿਬੜ ਜੇ ਅਤੇ ਜਿਹੜਾ ਇਹਦਾ ਉੱਧਰ ਵੀ ਨਿਬੜ ਜੇ। ਇੰਨੇ ਕੁ ਪਾ ਲਾਂਗੇ ਪਿਆਜ਼, ਹੁਣ ਦਾ ਡੰਗ ਜਿਹੜਾ ਹੈਗਾ ਸਰਜੂ, ਸਵੇਰੇ ਦੇਖਾਂਗੇ ਜਿਹੋ ਜਿਹਾ ਟਾਈਮ ਆਊਗਾ। ਪਿਆਜ਼ ਜਿਹੜੇ ਹੈਗੇ ਆਪਾਂ ਧੋ ਕੇ ਪਾਵਾਂਗੇ। ਕਰੇਲੇ ਪਹਿਲਾਂ ਧੋ ਲੈਣੇ ਨਾ? ਕਰੇਲੇ ਮੇਰੇ ਧੋ ਕੇ ਚੀਰੇ ਹੋਏ ਨੇ, ਕਰੇਲੇ ਤਾਂ ਮੈਂ ਜਦੋਂ ਖੇਤੋਂ ਲਿਆਂਦੇ ਤੇ ਉਹਦੀ ਕਿਉਂਕਿ ਬਾੜ ਕਰੇਲੇ ਲੱਗਦੇ ਥੋੜੇ ਆ ਜੀ, ਦੋ ਟਾਈਮ ਦੋ ਵਾਰੀ ਲਿਆਂਦੇ ਹੋਏ ਨੇ ਇਹ, ਫਿਰ ਜਿਹੜੇ ਹੈਗੇ ਕੱਟ ਕੇ ਰੱਖੇ ਨੇ। ਪਹਿਲਾਂ ਆਪਾਂ ਤੇਲ ਦੇ ਵਿੱਚ ਇਕੱਲੇ ਕਰੇਲੇ ਪਾਵਾਂਗੇ। ਇਹ ਬਾੜ ਕਰੇਲੇ ਆ, ਛੋਟੇ ਕਰੇਲੇ, ਇਹਨਾਂ ਦੀ ਸਬਜ਼ੀ ਜਿਹੜੀ ਖਾਣੀ ਸਿਹਤ ਵਾਸਤੇ ਵੀ ਬਹੁਤ ਵਧੀਆ ਹੁੰਦੀ ਹੈ। ਵੈਸੇ ਇੰਨੇ ਮਿਲਦੇ ਨਹੀਂ ਹੈਗੇ, ਬਾਜ਼ਾਰ 'ਚੋਂ ਵੀ ਘੱਟ ਹੀ ਮਿਲਦੇ ਨੇ, ਤਾਂ ਆਪਣੇ ਖੇਤ ਇੱਕ ਵੇਲ ਹੋ ਗਈ ਸੀਗੀ, ਉਹ ਤਾਂ ਬਹੁਤ ਜ਼ਿਆਦਾ ਲੱਗਦੇ ਨੇ। ਚਲੋ ਥੋੜ੍ਹੇ ਥੋੜ੍ਹੇ ਘਰ ਦਾ ਸਰਨ ਜੋਗਰੇ ਲੱਗ ਜਾਂਦੇ ਨੇ, ਚਾਰ ਪੰਜ ਦਿਨਾਂ ਬਾਅਦ ਜਿਹੜੀ ਹੈਗੀ ਸਬਜ਼ੀ ਬਣ ਜਾਂਦੀ ਹੈ। ਆਟਾ ਮੈਂ ਗੁੰਨ ਲਿਆ, ਦੇਖੋ ਆਟਾ ਗੁੰਨ ਤਾਂ, ਨਾਲੇ ਆਟਾ ਟਿੱਕ ਜੂਗਾ, ਪਿੱਛੇ ਹੀ ਜਿਹੜੇ ਹੈਗੇ ਰੋਟੀ ਬਣਾ ਲਾਂਗੇ। ਲੂਣ ਮਿਰਚ ਮਸਾਲੇ ਜਿਹੜੇ ਹੈਗੇ ਇਹਦੇ ਵਿੱਚ ਬਾਅਦ 'ਚੋਂ ਐਡ ਹੁੰਦੇ ਆ, ਮਸਾਲੇ ਬਾਅਦ 'ਚੋਂ ਐਡ ਹੁੰਦੇ ਆ, ਪਹਿਲਾਂ ਆਪਾਂ ਇਹਨਾਂ ਨੂੰ ਸਿਰਫ ਜਿਹੜਾ ਹੈਗਾ ਫਰਾਈ ਕਰਾਂਗੇ। ਹੈਲੋ ਜੀ, ਪਿਆਜ਼ ਵੀ ਪਾ ਤੇ ਆਪਾਂ ਨੇ ਥੋੜ੍ਹੇ ਜਿਹੇ ਪਹਿਲਾਂ ਕਰੇਲੇ ਭੁੰਨ ਲਏ, ਹੁਣ ਆਪਾਂ ਪਿਆਜ਼ ਵੀ ਪਾ ਤਾ। ਜਦੋਂ ਪਿਆਜ਼ ਵੀ ਐਡ ਭੁੱਜ ਗਈ ਭੁੰਨਣ ਤੋਂ ਥੋੜ੍ਹਾ ਜਿਹਾ ਟਾਈਮ ਪਹਿਲਾਂ ਹੀ ਆਪਾਂ ਜਿਹੜੇ ਹੈਗੇ ਮਸਾਲੇ ਪਾ ਦਾਂਗੇ ਵਿੱਚ, ਪਹਿਲਾਂ ਹਲਦੀ ਪਾ ਦਾਂਗੇ, ਫਿਰ ਲੂਣ ਮਿਰਚ, ਹੈ ਨਾ, ਮਸਾਲੇ ਜੋ ਵੀ ਹੈ। ਪਹਿਲਾਂ ਪਾਵਾਂਗੇ ਜੀ ਆਪਾਂ ਹਲਦੀ, ਹਲਦੀ ਪਾ ਕੇ ਆਪਾਂ ਇੱਕ ਦੋ ਗੇੜੇ ਜੇ ਦੇ ਦਾਂਗੇ, ਫਿਰ ਜਿਹੜਾ ਹੈਗਾ ਵਧੀਆ ਕਲਰ ਆਉਂਦਾ, ਨਾਲੇ ਜਿਹੜੀ ਹੈਗੀ ਕੱਚਾ ਪਨ ਜਿਹਾ ਨਹੀਂ ਲੱਗਦਾ ਬਿਲਕੁਲ। ਫਿਰ ਉਸ ਤੋਂ ਬਾਅਦ ਆਪਾਂ ਪਾਵਾਂਗੇ ਮਿਰਚ, ਕਿਉਂਕਿ ਮਿਰਚ ਉਹਦੇ ਸਬਜ਼ੀ ਦੇ ਹਿਸਾਬ ਨਾਲ ਹੀ ਪੈਣੀ ਹੈ, ਥੋੜ੍ਹੀ ਹੋਈ ਹੈ। ਫਿਰ ਆਪਾਂ ਪਾਵਾਂਗੇ ਨਮਕ, ਨਮਕ ਇਹ 'ਚ ਥੋੜ੍ਹਾ ਜਿਹਾ ਵਧੀਆ ਹੀ ਪੈ ਜੂਗਾ, ਕਿਉਂਕਿ ਮਾੜੀ ਮੋਟੀ ਜੇ ਕੜੱਤਣ ਜੀ ਹੁੰਦੀ ਹੈ ਉਹ ਚੱਕੀ ਜਾਂਦੀ ਹੈ। ਬਸ ਹੁਣ ਆਪਾਂ ਇਹਨੂੰ ਰਲਾ ਦਾਂਗੇ, ਸਬਜ਼ੀ ਆਪਣੀ ਬਣ ਗਈ, ਰਲਾ ਕੇ ਇਹਨੂੰ ਆ ਚੜ ਗਈ ਮਿਰਚ ਨੀਚੇ ਲਾ। ਹੁਣ ਆਪਾਂ ਇਹਨੂੰ ਨੀਚੇ ਲਾ ਕੇ ਢੱਕ ਦਾਂਗੇ ਜੀ, ਢੱਕ ਦਾਂਗੇ, ਜਿਹੜਾ ਹੈਗਾ ਪੂਰੀ ਜ਼ਿਆਦਾ ਵਧੀਆ ਬਣ ਜੂ। ਦੇਖੋ ਕਿੰਨਾ ਸੋਹਣੀ ਬਣੀ ਹੈਗੀ, ਬਹੁਤ ਜ਼ਿਆਦਾ ਵਧੀਆ ਬਣੀ ਹੈ ਸਬਜ਼ੀ। ਹੁਣ ਆਪਾਂ ਇੱਥੇ ਧਰ ਲਾਂਗੇ ਤਵਾ, ਇੱਥੇ ਜਿਹੜੀ ਹੈਗੀ ਮੈਂ ਬਣਾ ਲੂੰਗੀ ਰੋਟੀ ਜੀ। ਨਾਲੇ ਜਿਹੜੀ ਆਪਾਂ ਵਿੱਚ ਰੋਟੀ ਰਾੜਦੇ ਜੀ, ਇਹ ਬਹੁਤ ਜ਼ਿਆਦਾ ਵਧੀਆ ਹੁੰਦੀ ਹੈ, ਦੇਖੋ ਐਨ ਵਧੀਆ ਫੁੱਲ ਜਾਂਦੀ ਹੈ, ਇੰਨੀਆਂ ਵਧੀਆ ਰੋਟੀਆਂ ਫੁਲਕੇ ਬਣ ਕੇ ਪਤਲੇ ਪਤਲੇ, ਦੇਖੋ ਕਿੰਨੇ ਵਧੀਆ ਫੁਲਕੇ ਬਣ ਕੇ ਤਿਆਰ ਨੇਗੇ। ਚਲੋ ਜੀ, ਜੇ ਤੁਹਾਨੂੰ ਸਾਡੀਆਂ ਵੀਡੀਓਜ਼ ਵਧੀਆ ਲੱਗਦੀਆਂ ਹੁੰਦੀਆਂ ਨੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ। ਜੇ ਸਾਡੇ ਚੈਨਲ 'ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਜੀ। ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ, ਜੈ ਜਵਾਨ ਜੈ ਕਿਸਾਨ, ਸਦਾ ਖੁਸ਼ ਰਹੋ ਜੀ।